29 ਤਰੀਕ ਨੂੰ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ, ਮੂਲੇਵਾਲ ਤੋਂ ਕਲੇਰ ਪਿੰਡ ਨੂੰ ਜਾਂਦੀ ਰੋਡ 'ਤੇ ਇੱਕ ਡੈੱਡ ਬੋਡੀ ਪਈ ਸੀਗੀ। ਉੱਥੇ ਜਾ ਕੇ ਉਹਦੇ ਬਾਅਦ ਆਪਾਂ FIR ਰਜਿਸਟਰ ਕੀਤੀ ਅਤੇ ਜਾ ਕੇ ਆਪਾਂ ਤਫਤੀਸ਼ ਕੀਤੀ ਅਤੇ ਪਤਾ ਲੱਗਾ ਕਿ ਮੁੰਡਾ ਸੀਗਾ ਕੋਈ, ਉਹਦੇ ਕੰਨ ਦੇ ਮਗਰਲੀ ਸਾਈਡ ਬੁਲੇਟ ਸ਼ੋਟ ਦਾ ਨਿਸ਼ਾਨ ਸੀਗਾ, ਮੌਤ ਹੋ ਗਈ ਸੀਗੀ। ਉਹਦੇ ਬਾਅਦ ਤਫਤੀਸ਼ ਅੱਗੇ ਕਰਦੇ ਹੋਏ ਆਪਾਂ ਜਿਹੜੀ CCTV ਫੁਟੇਜ ਐਂਡ ਸੋਸ਼ਲ ਮੀਡੀਆ ਰਾਹੀਂ ਆਪਾਂ ਇਹਨੂੰ ਥੋੜ੍ਹਾ ਸਾ ਪਬਲਿਸਾਈਜ਼ ਕੀਤਾ, ਫਿਰ ਸਾਨੂੰ ਪਤਾ ਲੱਗਾ ਕਿ ਮੁੰਡੇ ਦਾ ਨਾਮ ਅਤੇ ਮੁੰਡੇ ਦੇ ਪੇਰੈਂਟਸ ਬਾਰੇ ਸਾਨੂੰ ਪਤਾ ਲੱਗਿਆ ਸੀਗਾ। ਮੁੰਡਾ ਹੈ ਗਗਨਦੀਪ ਸਿੰਘ ਸੀਗਾ, 19 ਸਾਲ ਦਾ ਮੁੰਡਾ ਸੀ। ਇਹਦਾ ਫਾਦਰ ਜਸਵੀਰ ਸਿੰਘ ਸਾਡਾ ASI ਹੈ, ਅਜਨਾਲੇ ਰਹਿੰਦੇ ਹੁੰਦੇ ਸੀਗੇ ਅੰਮ੍ਰਿਤਸਰ। ਐਂਡ 28 ਤਰੀਕ ਨੂੰ ਇਹ ਕੋਈ ਗੱਡੀ ਲੈਣ ਵਾਸਤੇ ਪਠਾਨਕੋਟ ਗਏ ਸੀਗੇ, ਆਪਣੇ ਪਿਓ ਦੇ ਨਾਲ ਸੀਗਾ ਗਗਨਦੀਪ, ਅਤੇ ਉਹਨਾਂ ਦੇ ਨਾਲ ਇੱਕ ਇਹਨਾਂ ਦਾ ਕਜ਼ਨ ਮਾਮਾ ਸੀਗਾ ਗੁਰਦਿਆਲ ਸਿੰਘ। ਇਹ ਤਿੰਨੋਂ ਪਠਾਨਕੋਟ ਗਏ ਸੀ ਜਿੱਥੇ ਗੱਡੀ ਇਹਨਾਂ ਨੇ ਦੇਖਣੀ ਸੀ। ਇਹਨਾਂ ਦਾ ਜਿਹੜਾ ਬੇਟਾ ਸੀਗਾ ਗਗਨਦੀਪ, ਉਹਨੇ ਕਾਫੀ ਜ਼ਿਆਦਾ ਜ਼ਿੱਦ ਕਰਦਾ ਹੁੰਦਾ ਸੀਗਾ, ਲੜਾਈ ਝਗੜਾ ਕਰਦਾ ਸੀਗਾ ਪਿਓ ਨਾਲ ਕਿ ਮੈਨੂੰ ਗੱਡੀ ਦਿਵਾਓ। ਐਂਡ ਜਦੋਂ ਇਹ ਵਾਪਿਸ ਆ ਰਹੇ ਸੀਗੇ ਉੱਥੇ ਕਿਸੇ ਕਾਰਨ ਕਰਕੇ ਇਹਨਾਂ ਨੇ ਗੱਡੀ ਨਹੀਂ ਦੇਖੀ। ਵਾਪਿਸ ਜਦੋਂ ਆ ਰਹੇ ਸੀਗੇ ਤਾਂ ਉੱਥੇ ਇਹਨਾਂ ਦਾ ਆਪਸ ਵਿੱਚ ਕਾਫੀ ਜ਼ਿਆਦਾ ਝਗੜਾ ਵਗੈਰਾ ਹੋ ਗਿਆ। ਐਂਡ ਮੂਲੇਵਾਲ ਕ੍ਰੋਸ ਕਰਕੇ ਜਦੋਂ ਕਲੇਰ ਪਿੰਡ ਨੂੰ ਜਾ ਰਹੇ ਸੀਗੇ ਤਾਂ ਇਹ ਉਤਰ ਕੇ ਲੜਨ ਲੱਗ ਪਏ। ਐਂਡ ਗੁਰਦਿਆਲ ਸਿੰਘ ਗੱਡੀ 'ਚ ਸੀਗਾ, ਜਦੋਂ ਇਹਨੇ ਦੇਖਿਆ ਕਿ ਝਗੜਾ ਕਾਫੀ ਜ਼ਿਆਦਾ ਵੱਧ ਗਿਆ ਤਾਂ ਇਹ ਉਤਰ ਕੇ ਛੁਡਾਉਣ ਵਾਸਤੇ ਜਾਣ ਲੱਗਾ। ਤਾਂ ਇਸੀ ਦੌਰਾਨ ਜਸਵੀਰ ਸਿੰਘ ਨੇ, ਇਹਦੇ ਪਿਓ ਨੇ, ਆਪਣੇ ਮੁੰਡੇ ਗਗਨਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ। ਫਿਰ ਉੱਥੋਂ ਇਹ ਵਾਪਿਸ ਚਲ ਗਏ ਪਿੰਡ ਨੂੰ। ਐਂਡ ਅਗਲੇ ਦਿਨ 30 ਤਰੀਕ ਨੂੰ ਇਹਦੇ ਪਿਓ ਨੇ ਵੀ ਸੁਸਾਈਡ ਕਰ ਲਿਆ, ਜਿਨ ਹੁਣ ਤੱਕ ਦੀ ਤਫਤੀਸ਼ ਸਾਨੂੰ ਪਤਾ ਲੱਗਾ। ਆਪਾਂ ਕਾਲ ਡਿਟੇਲ ਰਾਹੀਂ ਅਤੇ CCTV ਫੁਟੇਜ ਰਾਹੀਂ ਪਤਾ ਕਰਕੇ ਗੁਰਦਿਆਲ ਬਾਰੇ ਪਤਾ ਕੀਤਾ ਅਤੇ 30 ਤਰੀਕ ਨੂੰ ਵਿਦਿਨ 36 ਆਵਰ ਆਪਾਂ ਫੜ ਲਿਆ। ਇਹਨੇ ਹੁਣ ਤੱਕ ਦੀ ਇੰਟਰੋਗੇਸ਼ਨ 'ਚ ਦੱਸਿਆ ਕਿ ਇਹ ਸਾਰਾ ਵਾਕਿਆ ਹੋਇਆ ਸੀ।